ਕੀਤਾ ਲੈ ਤੇ ਮੈਂ ਸੱਚ ਚੰਡ ਹਾਂਜੀ ਸਰ ਅੱਜ ਜੋ ਤੁਸੀਂ ਫਲੈਗ ਮਾਰਚ ਕੀਤਾ ਇਹ ਕੀ ਕਾਰਨ ਕਿਸਦੇ ਸਬੰਧ ਵਿੱਚ ਕੀਤਾ ਸਰ ਐਸਐਸਪੀ ਮਿਸਟਰ ਨਵੀਨ ਸਿੰਘ ਰਾਜੀ ਜੀ ਹੁਕਮਾਂ ਦੇ ਅਨੁਸਾਰ ਅੱਜ 15 ਅਗਸਤ ਨੂੰ ਮੱਦੇ ਨਜ਼ਰ ਆਜ਼ਾਦੀ ਦਿਵਸ ਉੱਤੇ ਸਪੈਸ਼ਲ ਤੌਰ 'ਤੇ ਫਲੈਗ ਮਾਰਚ ਕੱਢਿਆ ਗਿਆ ਅਤੇ ਸ਼ਹਿਰ ਵਿੱਚ ਭੀੜੇ ਦੇ ਆਉਣ ਵਾਲਿਆਂ ਦੀ ਚੈਕਿੰਗ ਕੀਤੀ ਗਈ ਅਤੇ ਜਿਹੜੀਆਂ ਕੋਈ ਲਿਬਾਸ ਵਸਤੂਆਂ ਸੀਗੀਆਂ ਉਹਨਾਂ ਨੂੰ ਚੈੱਕ ਕੀਤਾ ਗਿਆ ਅਤੇ ਜਿਹੜਾ ਅਭਿਆਨ ਹੈ ਇਸੇ ਤਰ੍ਹਾਂ 15 ਅਗਸਤ ਤੱਕ ਚੱਲਦਾ ਰਹੇਗਾ ਅਤੇ ਲੋਕਾਂ ਅੱਗੇ ਅਪੀਲ ਹੈ ਤੁਹਾਡੇ ਮਾਧਿਅਮ ਰਾਹੀਂ ਅਤੇ ਕਿਸੇ ਲਿਬਾਸ ਚੀਜ਼ ਨੂੰ ਹੱਥ ਨਾ ਲਾਓ ਜੇਕਰ ਤੁਹਾਨੂੰ ਕੋਈ ਲਿਬਾਸ ਚੀਜ਼ ਮਿਲਦੀ ਹੈ 112 ਦੇ ਕਾਲ ਕਰੋ ਜਾਂ ਸਾਨੂੰ ਪੁਲਿਸ ਥਾਣੇ ਪਤਲਾ ਦਿਓ।